ਹੈ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ ਤੇਈ, ਅਤੇ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਬਿਲਡਿੰਗਾਂ। ਬੰਦਾ ਸਿੰਘ ਬਹਾਦਰ ਜੀ ਨੇ ਢਾਈਆਂ ਨੇ ਬਿਲਡਿੰਗਾਂ, ਉਹਨਾਂ ਬਿਲਡਿੰਗਾਂ 'ਚੋਂ ਕੁਛ ਬਿਲਡਿੰਗਾਂ ਖੜੀਆਂ ਨੇ ਆਪਣੀ ਸਰਹੰਦ ਦੀਆਂ, ਠੀਕ ਹੈ ਜੀ। ਉਹ ਆਪਾਂ ਹੁਣ ਬਿਲਡਿੰਗਾਂ ਤੁਹਾਨੂੰ ਖੇਤਾਂ 'ਚ ਖੜੀਆਂ ਨੇ, ਕਈ ਕਈ ਸ਼ਹਿਰ ਦੇ ਨੇੜੇ ਵੀ ਨੇ, ਕਈ ਦੂਰ ਨੇ, ਉਹ ਤੁਹਾਨੂੰ ਅੱਜ ਮੈਂ ਸਾਰੀਆਂ ਦਿਖਾਊਂਗਾ। ਜਿਹੜੀ ਜਿਹੜੀ ਜਗ੍ਹਾ ਦਿਖਾਉਣ ਵਾਲੀ ਅੱਜ ਤੁਹਾਨੂੰ ਮੈਂ ਲੈ ਕੇ ਚੱਲੂੰਗਾ। ਅੱਜ ਤੁਹਾਨੂੰ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਗ੍ਹਾ ਹੈ, ਦੇਖੋ ਇਸ ਜਗ੍ਹਾ 'ਤੇ ਅਮਰ ਸ਼ਹੀਦ ਸਰਦਾਰ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ, ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਉਰੇ ਦਫਨਾਈਆਂ ਗਈਆਂ ਸੀਗੀਆਂ। ਯਾਨੀ ਕਿ ਇਹਨਾਂ ਦਾ ਸਾਰਾ ਇਤਿਹਾਸ ਵੀ ਹੈ, ਮੈਂ ਤੁਹਾਨੂੰ ਪਹਿਲਾਂ ਜਗ੍ਹਾ ਦਿਖਾ ਦੇਵਾਂ, ਫਿਰ ਤੁਹਾਨੂੰ ਉਹਨਾਂ ਦਾ ਇਤਿਹਾਸ ਵੀ ਪੜ੍ਹਾਊਂਗਾ ਮੈਂ ਸਾਰਾ। ਪਹਿਲਾਂ ਤੁਹਾਨੂੰ ਮੈਂ ਜਗ੍ਹਾ 'ਤੇ ਦਰਸ਼ਨ ਕਰਾਉਣਾ। ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਜਗ੍ਹਾ, ਠੀਕ ਹੈ ਜੀ, ਇਹ ਆਪਣੇ ਊਧਮ ਸਿੰਘ ਜੀ ਦੀਆਂ ਅਸਥੀਆਂ ਨੇ ਜਿਹੜੀਆਂ ਉਹ ਦਫਨਾਈਆਂ ਗਈਆਂ ਸਨ, ਅਤੇ ਉਹਨਾਂ ਦਾ ਜਿਹੜਾ ਇਤਿਹਾਸ ਆ ਉਹ ਵੀ ਤੁਹਾਨੂੰ ਪੜ੍ਹਾਉਣਾ ਮੈਂ। 26 ਦਸੰਬਰ 1899 ਨੂੰ ਸੁਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਪੈਦਾ ਹੋਇਆ ਅਮਰ ਸ਼ਹੀਦ ਸਰਦਾਰ ਊਧਮ ਸਿੰਘ ਖੁਦ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਾਉਣ ਵਿੱਚ ਫਾਕਰ ਮਹਿਸੂਸ ਕਰਦਾ ਸੀ। ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਕੈਕਸਟਨ ਪੈਲੇਸ ਲੰਡਨ ਵਿਖੇ ਲੈਫ ਗਵਰਨਰ ਮਰ ਨੂੰ ਗੋਲੀਆਂ ਨਾਲ ਉਡਾਉਣ ਮਗਰੋਂ 31 ਜੁਲਾਈ 1940 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਇਹ ਸ਼ਹੀਦਾਂ ਦੇ ਸਰਤਾਜ ਦੀਆਂ ਅਸਥੀਆਂ 27 ਸਾਲਾਂ ਬਾਅਦ ਉਹਨਾਂ ਦੀਆਂ ਅੰਤਮ ਇੱਛਾ ਅਨੁਸਾਰ ਮਾਂ ਭੂਮੀ 'ਤੇ ਤਤਕਾਲੀਨ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੰਗਲੈਂਡ ਤੋਂ ਵਾਪਸ ਲਿਆਂਦੀਆਂ। ਇਹਨਾਂ ਅਸਥੀਆਂ ਦਾ ਇੱਕ ਹਿੱਸਾ ਸੁਨਹਿਰੀ ਕਲਸ ਵਿੱਚ ਪਾ ਕੇ ਜੁਲਾਈ 1974 ਨੂੰ ਇਸ ਸਥਾਨ ਰੋਜ਼ਾ ਸ਼ਰੀਫ ਵਿਖੇ ਦਫਨਾਇਆ ਗਿਆ। ਯਾਨੀ ਕਿ ਆਪਾਂ ਜਿਸ ਜਗ੍ਹਾ 'ਤੇ ਖੜ੍ਹੇ ਹਾਂ ਇਹ ਰੋਜ਼ਾ ਸ਼ਰੀਫ ਦੀ ਜਗ੍ਹਾ ਹੈ, ਅਤੇ ਕਿੱਡੇ ਬੜੀ ਮਾਣ ਦੀ ਗੱਲ ਹੈ ਸਾਡੇ ਫਤਿਹਗੜ੍ਹ ਸਾਹਿਬ ਵਾਸਤੇ ਵੀ, ਸਾਡੇ ਲੋਕਾਂ ਵਾਸਤੇ ਵੀ। ਉਹ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਜੀ ਆਪਣਾ, ਠੀਕ ਹੈ ਜੀ, ਇਹ ਗੁਰਦੁਆਰਾ ਸਾਹਿਬ ਆ ਗਿਆ, ਅਤੇ ਇੱਧਰ ਆ ਜਿਹੜੀ ਬਿਲਡਿੰਗ ਹੈ ਰੋਜ਼ਾ ਸ਼ਰੀਫ ਦੀ ਹੈ, ਅਤੇ ਇਹ ਜਗ੍ਹਾ ਜਿਹੜੀ ਕੋਟ ਪ੍ਰਣਾਮ ਹੈ ਸਾਡਾ, ਠੀਕ ਹੈ ਜੀ। ਹੁਣ ਤੁਹਾਨੂੰ ਲੈ ਕੇ ਚੱਲਦਾ ਮੈਂ ਅਗਲੀ ਲੋਕੇਸ਼ਨ 'ਤੇ। 50% ਲੋਕਾਂ ਨੂੰ ਇੱਥੇ ਇਹ ਗੱਲ ਦਾ ਪਤਾ ਨਹੀਂ ਹੈਗਾ। ਇਹ ਜਿਹੜੇ ਪਿੰਡ ਦੇ ਵਿੱਚ ਦੀ ਆਪਾਂ ਨਿਕਲ ਰਹੇ ਹਾਂ, ਇਹ ਪਿੰਡ ਹੈਗਾ ਤਲਾਣੀਆਂ, ਠੀਕ ਹੈ ਜੀ। ਇਹ ਤਲਾਣੀਆਂ ਪਿੰਡ ਬਿਲਕੁਲ ਫਤਿਹਗੜ੍ਹ ਸਾਹਿਬ ਦੇ ਵਿੱਚ, ਬਿਲਕੁਲ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੀ ਇਹ ਪਿੰਡ ਪੈਂਦਾ, ਅਤੇ ਇਹ ਬਹੁਤ ਪੁਰਾਣਾ ਪਿੰਡ ਹੈ। ਬਹੁਤ ਪੁਰਾਣੀਆਂ ਜਿਹੜੀਆਂ ਇਹ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਨੇ, ਉਹ ਜ਼ਮੀਨਾਂ ਦੇ ਵਿੱਚ ਹਲੇ ਵੀ ਬਹੁਤ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹ ਖੜ੍ਹੀਆਂ ਨੇ। ਉਹੀ ਦੇਖਣ ਵਾਸਤੇ ਆਪਾਂ ਜਾ ਰਹੇ ਹਾਂ, ਅਤੇ ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ। ਤਾਂ ਬਾਈ ਦੇਖੋ ਬਹੁਤ ਸੁੰਨਸਾਮ ਜਿਹਾ ਰਸਤਾ ਹੈ, ਇੱਥੇ ਰਾਤ ਨੂੰ ਤਾਂ ਕੀ ਬੰਦਾ ਆਊਗਾ, ਇੱਥੇ ਦਿਨ 'ਚ ਆਉਣ ਨੂੰ ਵੀ ਡਰ ਲੱਗਦਾ। ਸੁੰਨਾ ਜਿਹੇ ਰਸਤੇ ਨੇ, ਜਮ੍ਹਾਂ ਹੀ ਸੁੰਨੇ ਜਿਹੇ ਰਸਤੇ। ਉਸ ਟਾਈਮ ਦੇ ਜਿਹੜੇ ਲੋਕ ਸੀਗੇ, ਆਉਂਦਾ ਜਦੋਂ ਉਰੇ ਰਾਜ ਹੋਣਾ ਤਾਂ ਲੋਕ ਐਵੇਂ ਹੀ ਖੇਤਾਂ 'ਚ ਜਿਵੇਂ ਜਿਹੜੇ ਬੈਠੇ ਸੀਗੇ, ਉਹਨਾਂ ਦੇ ਜਿਹੜੇ ਮਕਬਰੇ ਨੇ ਉਹ ਉੱਦਾਂ ਹੀ ਖੜ੍ਹੇ ਨੇ। ਲਓ ਜੀ ਆਪਾਂ ਹੁਣ ਇਹ ਜਿਹੜੀ ਇਮਾਰਤ ਹੈ ਇੱਥੇ ਪਹੁੰਚੇ ਹਾਂ ਆਪਾਂ। ਇੱਥੇ ਸ਼ੂਟਿੰਗਾਂ ਬਹੁਤ ਹੁੰਦੀਆਂ ਨੇ ਜੀ। ਇੱਥੇ ਬੰਦਾ ਰਾਤ ਨੂੰ ਤਾਂ ਕੀ ਆਉਣਾ ਇੱਥੇ, ਮੋਟਰ ਚੱਲ ਪਈ ਬਾਈ, ਆਹ ਪਤਾ ਨਹੀਂ ਕਾਹਦੀ ਆਵਾਜ਼ ਆਈ ਹੈ। ਹੁਣੇ ਉਹ ਦੇਖੋ ਇੱਥੇ, ਉੱਥੇ ਹਲੇ ਬੰਦੇ ਵੀ ਖੜ੍ਹੇ ਨੇ ਕਈ। ਬਾਈ ਇਕੱਲੇ ਦਾ ਆਉਣ ਦਾ ਬਾਈ ਜਿਗਰਾ ਨਹੀਂ ਪੈਂਦਾ ਉਰੇ, ਬਸ ਇਹ ਹੈ।
ਪਰ ਇੱਥੇ ਲੋਕ ਜਦ ਇਕੱਠੇ ਹੋ ਕੇ ਆਉਂਦੇ ਨੇ ਘੁੰਮਣ ਆਉਂਦੇ ਨੇ ਫਿਰ ਤਾਂ ਕੋਈ ਚੱਕਰ ਨਹੀਂ ਠੀਕ ਹੈ। ਇੱਥੇ ਕਿਸੇ ਟਾਈਮ ਬਾਈ ਪਤਾ ਨਹੀਂ ਕਿੰਨੀ ਕੁ ਰੌਣਕ ਹੋਣੀ ਉਰੇ ਹੈ ਜੀ, ਜਿਹੜਾ ਹੁਣ ਇੱਥੇ ਸੁਣਨ ਮਸਾਨ ਪਿਆ। ਤਾਂ ਹੀ ਕਹਿੰਦੇ ਨੇ ਬਾਈ ਇੱਥੇ ਕੋਈ ਕੋਈ ਕਿਸੇ ਚੀਜ਼ ਦਾ ਮਾਲਕ ਨਹੀਂ, ਇੱਥੇ ਸਭ ਮਾਲਕ ਉਹ ਪਰਮਾਤਮਾ। ਦੇਖੋ ਕਿਸੇ ਟਾਈਮ ਇਹਦਾ ਵੀ ਮਾਲਕ ਹੋਣਾ ਕੋਈ, ਜਿਹੜਾ ਅੱਜ ਖੰਡਰ ਬਣਿਆ ਪਿਆ, ਬਿਲਕੁਲ ਖੰਡਰ ਹੈ ਬਾਈ। ਦੇਖੋ ਫੁੱਲ ਬੂਟੇ ਜੇ ਲਾਏ ਹੋਏ ਨੇ, ਗੌਰਮੈਂਟ ਪੰਜਾਬ ਗੌਰਮੈਂਟ ਦੇ ਅੰਡਰ ਹੈ, ਪੰਜਾਬ ਗੌਰਮੈਂਟ ਇਹ ਦੇਖਭਾਲ ਕਰਦੀ ਹੈ ਇਹਦੀ। ਦੇਖੋ ਆਹ ਬਿਲਡਿੰਗ ਹੈ ਜੀ, ਹੁਣ ਇਹਦੇ ਅੰਦਰ ਤਾਂ ਨਹੀਂ ਜਾਵਾਂਗੇ ਆਪਾਂ ਕਿਉਂਕਿ ਫਿਰ ਕਿਸੇ ਦਿਨ ਅੰਦਰ ਜਾਵਾਂਗੇ, ਅਤੇ ਹੁਣ ਤੁਹਾਨੂੰ ਮੈਂ ਉੱਧਰ ਦੂਜੀ ਬਿਲਡਿੰਗ 'ਚ ਲੈ ਕੇ ਜਾਂਦਾ, ਠੀਕ ਹੈ ਜੀ। ਇਹ ਲੈ ਕੇ ਆਇਆ ਸੀਗਾ ਵੀ ਆਪਣੇ ਸਰਹੰਦ ਦੇ ਵਿੱਚ ਹਲੇ ਵੀ ਇਹ ਬਿਲਡਿੰਗਾਂ ਬਹੁਤ ਖੜੀਆਂ ਨੇ। ਉਹ ਦੇਖੋ ਟੈਂਪੂ 'ਚ ਆਏ ਨੇ ਲੋਕ, ਬੰਦੇ ਮੈਨੂੰ ਲੱਗਦਾ ਮੱਥਾ ਟੇਕਣ ਵਾਸਤੇ ਆਏ ਹੋਣੇ ਉੱਥੇ, ਉੱਥੇ ਜ਼ਰੂਰ ਘੁੰਮਣ ਆਉਂਦੇ ਨੇ ਲੋਕ, ਦੇਖਣ ਆਉਂਦੇ ਨੇ ਵੀ ਹਾਂ ਚਲੋ ਆਪਾਂ ਦੇਖ ਕੇ ਆਈਏ। ਇਹ ਕੱਚੇ ਜਿਹੇ ਰਾਸਤੇ ਨੇ ਬਈ, ਇਹ ਰਾਸਤਿਆਂ 'ਚ ਨੂੰ ਗੱਡੀ ਬਹੁਤ ਔਖੀ, ਅੱਗੇ ਕਿਤੇ ਗੱਡੀ ਆਪਣੀ ਫਸ ਵੀ ਨਾ ਜਾਵੇ। ਆਹ ਤਾਂ ਗਏ ਆਪਾਂ, ਪੰਗਾ ਤਾਂ ਲੈ ਲਿਆ, ਦੇਖੀ ਜਾਊਗੀ ਹੁਣ। ਰਾਹ ਤਾਂ ਇਹੋ ਜਿਹੀ ਆ ਬਈ, ਇੱਧਰ ਆਲੇ ਦੁਆਲੇ ਜੀਰੀ ਲੱਗੀ ਵੀ ਹੈ, ਰਾਸਤਾ ਹੈ ਕੱਚਾ ਹੀ ਹੈ, ਪਰ ਕਦੇ ਬੇ ਟਾਈਮ ਨਾ ਇੱਧਰ ਨੂੰ ਆਵੇ ਬਾਈ ਕਦੇ ਵੀ, ਕਿਉਂਕਿ ਰਾਸਤੇ ਇਹ ਜਮੀ ਸੁਣਨ ਇਨਸਾਨ ਰਾਸਤੇ ਨੇ। ਅੱਗੇ ਵੀ ਦਿਖਾਉਣਾ ਮੈਂ, ਅੱਗੇ ਵੀ ਦਿਖਾਉਣਾ ਕਦੋਂ ਚੀਜ਼ਾਂ ਤੁਹਾਡੇ ਦੇਖਣ ਵਾਲੀਆਂ ਕੰਮ ਦੀਆਂ ਚੀਜ਼ਾਂ। ਜਹਾਜ਼ ਹਵੇਲੀ ਦਿਖਾਉਂਦੇ ਹਾਂ ਹੁਣ ਤੁਹਾਨੂੰ, ਟੋਡਰਮੱਲ ਜੀ ਦੀ ਹਵੇਲੀ ਹੈ ਅਤੇ ਇਹਦਾ ਕੁਛ ਕੰਮ ਚੱਲ ਰਿਹਾ, ਕੁਛ ਤਾਂ ਇਹ ਪੁਰਾਣੀ ਉਹ ਖੜੀ ਹੈ। ਜਹਾਜ਼ ਹਵੇਲੀ ਕੌਮੀ ਵਿਰਾਸਤ, ਠੀਕ ਹੈ ਜੀ, ਟੋਡਰਮੱਲ ਜੀ ਦੀ, ਜਿਹਨਾਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਪਰਿਵਾਰ ਸੰਸਕਾਰ ਲਈ ਸੋਨੇ ਦੀਆਂ ਅਸ਼ਰਫੀਆਂ ਟੇਡੀਆਂ ਵਿਛਾ ਕੇ ਵਜ਼ੀਰ ਖਾਨ ਪਾਸੋਂ ਧਰਤੀ ਖਰੀਦੀ ਸੀ। ਇਹ ਉਸ ਮਹਾਨ ਸ਼ਖਸੀਅਤ ਦੀ ਹਵੇਲੀ ਸੀਗੀ, ਅਤੇ ਨਹੀਂ ਸੀ ਇੰਨਾ ਵਧੀਆ ਕੰਮ ਕਾਰ ਸੀ ਉਹਦਾ, ਠੀਕ ਹੈ ਜੀ। ਅਤੇ ਮਿਸਤਰੀ ਅੰਦਰ ਲੱਗੇ ਹੋਏ ਨੇ ਜੀ, ਠੀਕ ਹੈ ਜੀ, ਕੁਛ ਸਮਾਨ ਸਮੂਨ ਵੀ ਆਇਆ ਪਿਆ, ਦੇਖੋ ਕੰਮ ਚੱਲ ਰਿਹਾ ਹਵੇਲੀ ਦਾ। ਹੋਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਕੰਮ ਚੱਲ ਰਿਹਾ ਜੀ ਹਵੇਲੀ ਦਾ? ਚਲੋ ਵਧੀਆ ਜੀ ਵਧੀਆ, ਸ਼ੁਕਰ ਹੋਇਆ ਕੰਮ ਚੱਲ ਪਿਆ ਇਹਦਾ। ਬਹੁਤ ਕਿਵੇਂ ਕੀ ਕਰਨਾ ਜੀ ਇਹਨਾਂ ਨੇ, ਇਹਨੇ ਕੰਧਾਂ ਕੁੰਧਾਂ ਨੇ ਉਹ ਠੀਕ ਕਰ ਦੇਣਗੇ ਜੀ? ਹੈਂ ਅੱਛਾ, ਇਹੀ ਠੀਕ ਕਰਨੀ ਐਵੇਂ ਹੀ, ਬਸ ਠੀਕ ਹੈ ਜੀ। ਕੋਈ ਨਵੀਂ ਤਾਂ ਨਹੀਂ ਇਮਾਰਤ ਖੜੀ ਕਰ ਦੀ? ਅੱਛਾ ਇੱਕ ਨੇ ਬਣਾਉਣਗੇ ਜਿਵੇਂ ਹੈਗੀ ਆ ਇਹ, ਹਾਂ ਬਾਕੀ ਚਲੋ ਘੁੰਮ ਕੇ ਆਉਂਦੇ ਹਾਂ। ਅੱਛਾ ਇੱਥੇ, ਅੱਛਾ ਵੀ ਅੰਦਰ ਵੀਡੀਓ ਨਹੀਂ ਬਣਾ ਸਕਦੇ? ਅੱਛਾ ਚਲੋ ਠੀਕ ਹੈ, ਇੱਥੋਂ ਹੀ ਦਰਸ਼ਨ ਕਰ ਲਓ ਭਾਈ ਸੰਗਤ ਤੋਂ। ਅੱਛਾ ਜੀ, ਮੈਂ ਤਾਂ ਘੁੰਮਿਆ, ਮੈਂ ਲੋਕਾਂ ਨੇ ਦਿਖਾਉਣੇ ਸੀਗੇ ਜਿਹੜੇ ਆਪਣੇ ਬੇਟੇ ਨੇ ਭਰਾ, ਭਾਈ ਦਰਸ਼ਨ ਕਰ ਲਓ। ਇਹ ਜਹਾਜ਼ ਹਵੇਲੀ ਹੈ, ਵੀਡੀਓ ਬਣਾ ਸਕਦੇ ਆਪਾਂ ਅੰਦਰ? ਚਲੋ ਕੋਈ ਗੱਲ ਨਹੀਂ, ਇੱਥੇ ਦਿਖਾ ਦਿੰਦੇ ਆਪਾਂ। ਇਹ ਹੈ ਭਾਈ ਜਹਾਜ਼ ਹਵੇਲੀ, ਓਕੇ ਹੈ ਜੀ, ਓਕੇ ਧੰਨਵਾਦ। ਦੇਖ ਲਓ ਭਾਈ ਸੰਗਤ ਤੋਂ, ਇਹ ਉਹ ਮਹਾਨ ਸਿੱਖ ਦੀ ਹਵੇਲੀ ਹੈ ਜਿਹੜੀ ਬੰਦੇ ਨੇ ਸ਼ਰਫੀਆਂ ਵਿਛਾ ਕੇ ਜਗ੍ਹਾ ਖਰੀਦੀ ਸੀਗੀ। ਜਾਲੀ ਸ਼ੂਟ ਕਰਨ ਆਉਂਦੇ ਨੇ, ਠੀਕ ਹੈ, ਜਿਵੇਂ ਮੈਰਿਜ ਸ਼ੂਟ ਕਰਨ ਆਉਂਦੇ ਨੇ, ਉਹ ਪਹਿਲਾਂ ਸ਼ੂਟਿੰਗ ਹੁੰਦੀ ਹੈ, ਵੀਡੀਓ ਸ਼ੂਟ ਹੁੰਦੀ ਹੈ, ਉਹ ਇੱਥੇ ਸ਼ੂਟ ਕਰਨ ਵਾਸਤੇ ਆ ਜਾਂਦੇ ਸੀਗੇ ਕਈ।
ਹੁਣ ਉਹ ਇਹਨਾਂ ਨੇ ਇਸ ਕਰਕੇ ਅੰਦਰੋਂ ਵੀਡੀਓ ਸ਼ੂਟ ਕਰਨੀ ਬੰਦ ਕਰਤੀ। ਚਲੋ ਤੁਹਾਨੂੰ ਮੈਂ ਬਾਹਰੋਂ ਦਰਸ਼ਨ ਕਰਾਤੇ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦਾ। ਇਹ ਆ ਗਈ ਇਮਾਰਤ ਭਾਈ, ਇੱਕ ਕਿਤਾਬ ਨਹੀਂ ਪੜ੍ਹ ਲਈ ਪਹਿਲਾਂ ਕੀ ਲਿਖਿਆ ਹੋਇਆ, ਫਿਰ ਤੁਹਾਨੂੰ ਇਹਨਾਂ ਇਹਦਾ ਇਤਿਹਾਸ ਵੀ ਪੜ੍ਹਾਊਂਗਾ ਮੈਂ। ਇਹ ਕਿਤਾਬ ਨਹੀਂ ਪੜ੍ਹ ਲਈ ਪਹਿਲਾਂ, ਕਿਤਾਬ ਨਹੀਂ ਕਹਿੰਦੇ ਭਾਈ, ਇੱਥੇ ਵੀਡੀਓਗ੍ਰਾਫੀ ਵੀ ਨਹੀਂ ਕਰਨੀ ਬਾਹਲੀ, ਆਪਾਂ ਬਾਹਰ ਬਾਹਰ ਤੋਂ ਕਰ ਲੈਂਦੇ ਇੱਥੇ ਵੀ। ਇਹ ਹੈਗੀ ਆ ਭਾਈ, ਇਹਦਾ ਇਤਿਹਾਸ ਆਹ ਲਿਖਿਆ ਹੋਇਆ, ਤੁਹਾਨੂੰ ਮੈਂ ਇਹ ਦਿਖਾ ਦਿੰਦਾ। ਇਹ ਇਮਾਰਤਾਂ ਨੇ ਭਾਈ ਜਿਹੜੀਆਂ ਉਹ ਟਾਈਮ ਦੀਆਂ ਨੇ, ਜਿਹੜੀਆਂ ਬੰਦਾ ਸਿੰਘ ਬਹਾਦਰ ਦੇ ਸਮੇਂ ਦੀਆਂ ਨੇ। ਇਹ ਸਮਾਰਕ ਪੰਜਾਬ ਦੇ ਸਰਕਾਰ ਦੇ ਪ੍ਰਾਚੀਨ ਅਤੇ ਇਹਦਾ ਇਤਿਹਾਸ ਤਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਇਹ ਇਮਾਰਤ ਵੀ ਪੁਰਾਣੀ ਹੈ। ਵੈਸੇ ਤੁਸੀਂ ਦੇਖ ਸਕਦੇ ਹੋ ਪਿੱਛੇ, ਪਰ ਇੱਥੇ ਵੀਡੀਓਗ੍ਰਾਫੀ ਕਰਨੀ ਵੀ ਲਿਖਿਆ ਹੋਇਆ ਮਨਾ, ਤੁਹਾਨੂੰ ਬਾਹਰੋਂ ਬਾਹਰੋਂ ਦਿਖਾ ਤੀ, ਠੀਕ ਹੈ ਜੀ। ਅਤੇ ਇਹ ਇਮਾਰਤਾਂ ਨੇ ਸਾਡੇ ਜਾਣੀ ਕਿ ਸਰਹੰਦ ਦੇ ਵਿੱਚ ਦੇਖਣ ਲਾਇਕ ਬਹੁਤ ਪੁਰਾਣਾ ਇਤਿਹਾਸਿਕ ਇਮਾਰਤਾਂ ਨੇ ਜਿਹੜੀਆਂ ਉਹ ਬਹੁਤ ਖੜੀਆਂ ਨੇ, ਵੱਡੀ ਆ ਇਮਾਰਤ। ਅਤੇ ਅੱਗੇ ਮੈਂ ਕਿਸੇ ਤੋਂ ਸੁਣਿਆ ਵੀ ਸੀਗਾ ਵੀ ਇਹਦੀ ਇੱਕ ਕੰਧ ਸੀਗੀ ਵੀ ਉਹ ਵੀ ਚੱਲ ਕੇ ਖੁੱਲ੍ਹਦੀ ਸੀਗੀ, ਵੀ ਜਿਵੇਂ ਦਰਵਾਜ਼ੇ ਸਲਾਈਡ ਕੰਧ ਹੁੰਦੀ ਸੀਗੀ, ਇਹੋ ਜਿਹੇ ਤਰੀਕੇ ਨਾਲ ਬਣਾਈ ਹੋਈ ਹੈ ਇਹ ਇਮਾਰਤਾਂ ਨੇ। ਚਲੋ ਠੀਕ ਹੈ ਜੀ, ਆਪਾਂ ਹੁਣ ਇਹ ਚੱਲਦੇ ਹਾਂ। ਓਕੇ, ਲਓ ਜੀ ਇਹ ਆ ਗਿਆ ਸਾਡਾ ਫਤਿਹਗੜ੍ਹ ਸਾਹਿਬ, ਅਤੇ ਇਹ ਆ ਗਈ ਫਤਿਹਗੜ੍ਹ ਸਾਹਿਬ ਦੀ ਨਵੀਂ ਤਹਿਸੀਲ, ਠੀਕ ਹੈ ਜੀ। ਇਹ ਨਵੀਂ ਤਹਿਸੀਲ ਆ ਗਈ, ਤਕਰਾਈ ਪਈ ਹੈ, ਅਤੇ ਬੜੀ ਔਖੀ ਵੀਡੀਓ ਬਣਾ ਕੇ ਲੈ ਕੇ ਆਇਆ ਮੈਂ। ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ, ਠੀਕ ਹੈ ਜੀ। ਇੰਨੀ ਜ਼ਿਆਦਾ ਧੁੱਪ ਦੇ ਵਿੱਚ ਮੈਂ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਇਆ। ਚੱਲਦੇ ਹਾਂ ਪਿੰਡ ਨੂੰ, ਵੀਡੀਓ ਮੇਰੀ ਕਿੱਦਾਂ ਦੀ ਲੱਗੀ ਤੁਹਾਨੂੰ, ਜਿੰਨੇ ਵੀ ਆਪਣੇ ਇਤਿਹਾਸਿਕ ਇਮਾਰਤਾਂ ਸੀਗੀਆਂ ਬਲੌਗ 'ਚ ਵੀ ਤੁਹਾਨੂੰ ਕੋਈ ਖਾਸ ਚੀਜ਼ਾਂ ਹੀ ਲੈ ਕੇ ਆਵਾਂਗੇ ਆਪਾਂ ਅਗਲੇ ਬਲੌਗ 'ਚ ਵੀ, ਘੈਂਟ ਘੈਂਟ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਬਲੌਗ 'ਚ। ਭਰਾ 'ਤੇ ਆਪਣੇ ਹੱਥ ਰੱਖਿਓ ਸਿਰ 'ਤੇ, ਅਤੇ ਠੀਕ ਹੈ ਜੀ, ਆਪਾਂ ਮਿਲਦੇ ਹਾਂ ਹੁਣ ਨਵੇਂ ਬਲੌਗ 'ਚ। ਓਕੇ, ਸਤਿ ਸ਼੍ਰੀ ਅਕਾਲ, ਬਾਏ ਬਾਏ।